ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਤਿਨੁ ਜੀ ਆਨੁ ਜੀ ਇਸ ਵੇਲੇ ਦੀ ਵੱਡੀ ਖਬਰ ਸੂਬੇ ਪੰਜਾਬ ਲਈ ਆ ਰਹੀ ਹੈ ਸਾਵਧਾਨ ਪੰਜਾਬ ਵਾਲਿਓ ਬਿਜਲੀ ਦੇ ਕੱਟ ਲੱਗਣ ਬਾਰੇ ਆਈ ਤਾਜ਼ਾ ਵੱਡੀ ਖਬਰ ਸੋ ਪੂਰੀ ਵੀਡੀਓ ਅੰਤ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਸਕੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਪੰਜਾਬ ਵਿੱਚ ਬੀਤੇ ਮਹੀਨੇ ਤੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾ ਵਿਰੁੱਧ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ ਤੇ ਇਸ ਵਿੱਚ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਪੰਜਾਬ ਦੀਆਂ ਕਈ ਯੂਨੀਅਨ ਵੀਐਸ ਦਾ ਹਿੱਸਾ ਬਣ ਗਏ ਹਨ ਤੇ ਇਸ ਮਾਮਲੇ ਦੇ ਹੱਲ ਨੂੰ ਕਰਵਾਉਣ ਲਈ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੇਂਦਰ ਸਰਕਾਰ ਦੇ ਨਾਲ ਕੀਤੀ ਗਈ ਮੀਟਿੰਗਾਂ ਬੇਸਿੱਟਾ ਰਹੀ ਹੈ ਤੇ ਸੂਬਾ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਵਿਸ਼ੇਸ਼ ਸੈਸ਼ਨ ਦੌਰਾਨ ਬਿੱਲ ਪਾਸ ਕਰਕੇ ਕਿਸਾਨਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਸਾਰੇ ਵਰਤਾਰੇ ਦੌਰਾਨ ਬਿਜਲੀ ਕਟ ਸੰਕਟ ਵਿਰਾਟ ਹੁੰਦਾ ਨਜ਼ਰ ਆ ਰਿਹਾ ਜੀ ਜਿਸ ਦਾ ਕਾਰਨ ਹੈ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਨੂੰ ਜਾਰੀ ਰੱਖਣਾ ਤੇ ਬੀਤੇ ਇੱਕ ਮਹੀਨੇ ਤੋਂ ਪੰਜਾਬ ਅੰਦਰ ਕੋਈ ਵੀ ਹੁਣ ਹੋਵੇ ਵਾਲੀ ਟ੍ਰੇਨ ਦਾਖਲ ਨਹੀਂ ਹੋਣ ਦਿੱਤੇ ਜਿਸ ਕਾਰਨ ਪੰਜਾਬ ਦੇ ਵੱਖ-ਵੱਖ ਥਰਮਲ ਪਲਾਂਟਾ ਵਿੱਚੋਂ ਕੋਲਾ ਖਤਮ ਹੋ ਜਾ ਰਿਹਾ ਤੇ ਬੁੱਧਵਾਰ ਤੋਂ ਬਿਜਲੀ ਸੰਕਟ ਹੋਰ ਵੀ ਗਹਿਰਾ ਹੋ ਜਾਵੇਗਾ ਜਦੋਂ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗਣੇ ਸ਼ੁਰੂ ਹੋਣਗੇ ਪੰਜਾਬ ਦੇ ਵਿੱਚ ਮੌਜੂਦ ਥਰਮਲ ਪਲਾਂਟਾਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਮਾਨਸਾ ਦੇ ਵਿੱਚ ਤਲਵੰਡੀ ਸਾਬੋ ਵਿਖੇ ਮੌਜੂਦਾ ਥਰਮਲ ਪਲਾਂਟ ਜਿਸ ਦੀ ਸਮਰੱਥਾ 1980 ਮੀਗਾਵਾਟ ਹੈ ਦੇ ਕੋਲ ਸਿਰਫ 4128 ਮੀਟਰ ਘਟਾਣਾ ਹੀ ਕੋਲਾ ਬਚਿਆ ਜੋ ਕਿ ਸਿਰਫ ਅੱਧੇ ਦਿਨ ਦੇ ਵਿੱਚ ਹੀ ਖਤਮ ਹੋ ਜਾਵੇਗਾ ਤੇ ਇਸ ਪਲਾਂਟ ਦੀਆਂ ਪਹਿਲਾਂ ਹੀ ਦੋ ਯੂਨਿਟਾਂ ਬੰਦ ਹੋ ਚੁੱਕੀਆਂ ਹਨ ਤੇ ਇੱਥੇ ਹੁਣ ਸਿਰਫ ਇੱਕ ਯੂਨਿਟ ਬਿਜਲੀ ਉਤਪਾਦਨ ਹੋ ਰਿਹਾ ਹੈ ਇਹ ਗੱਲ ਕੀਤੀ ਜਾਵੇ ਪਟਿਆਲੇ ਦੇ ਰਾਜਪੁਰਾ ਥਰਮਲ ਪਲਾਂਟ ਦੀ ਤਾਂ ਇੱਥੇ ਸਿਰਫ 6643 ਮੀਟਰ ਕਟਾਣਾ ਕੋਲਾ ਬਚਿਆ ਜਿਸ ਨਾਲ ਇੱਕ ਦਿਨ ਵੀ ਬੜਾ ਮੁਸ਼ਕਲ ਨਾਲ ਨਿਕਲੇਗਾ ਤੇ ਗੋਇੰਦਵਾਲ ਸਾਹਿਬ ਵਿਖੇ ਬਣਿਆ ਥਰਮਲ ਪਲਾਂਟ ਵੀ ਬੀਤੇ ਕਾਫੀ ਦਿਨਾਂ ਤੋਂ ਬੰਦ ਪਿਆ ਹੈ ਤੇ ਰੂਪੜ ਥਰਮਲ ਪਲਾਂਟ ਦੀ ਗੱਲ ਕਰੀਏ ਤਾਂ ਇੱਥੇ 85618 ਮੀਟਰ ਕਟਾਣਾ ਕੋਲਾ ਤੇ ਜਿਸ ਨਾਲ ਤੁਪਾ ਦੇਣ ਦੀ ਵੱਧ ਤੋਂ ਵੱਧ ਸਮਰੱਥਾ 6 ਦਿਨ ਹੋਵੇਗੀ ਤੇ ਇਸੇ ਤਰ੍ਹਾਂ ਹੀ ਬਠਿੰਡਾ ਦੇ ਲਹਿਰਾ ਮੁਹੱਬਤ ਥਰਮਲ ਪਲੈਂਟ ਦੇ ਕੋਲ ਵੀ 59143 ਮੀਟਰ ਕਟਨ ਕੋਲਾ ਹੈ ਜੋ ਕਿ ਕਰੀਬ 4 ਦਿਨਾਂ ਵਿੱਚ ਖਤਮ ਹੋ ਜਾਵੇਗਾ। ਇਹ ਸਟਾਕ ਇਸ ਵਜ੍ਹਾ ਕਰਕੇ ਬਰਕਰਾਰ ਹੈ ਕਿਉਂਕਿ ਸੂਬੇ ਦੇ ਇਸ ਸੈਕਟਰ ਵਾਲੇ ਥਰਮਲ ਪਲੈਂਟ ਵੱਲੋਂ ਬੀਤੇ ਇੱਕ ਹਫ਼ਤੇ ਤੋਂ ਬਿਜਲੀ ਦੀ ਪੈਦਾਵਾਰ ਨਹੀਂ ਕੀਤੀ ਗਈ ਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਨਜ਼ਰ ਮਾਰੀ ਤਾਂ ਪਾਵਰਕਮ ਦੀ ਆਪਣੀ ਹਾਈ ਡੈਲ ਟੁਪਾਰਨ ਤੋਂ 102 ਲੱਖ ਯੂਨਿਟਾ ਪਾਖੜਾ ਮੈਨੇਜਮੈਂਟ ਬੋਰਡ ਤੋਂ 105 ਲੱਖ ਯੂਨਿਟ ਅਤੇ ਨੈਸ਼ਨਲ ਹਾਈਡਰੋ ਪਾਵਰ ਪਲਾਂਟ ਤੋਂ 52 ਲੱਖ ਯੂਨਿਟ ਅਤੇ ਨੈਸ਼ਨਲ ਥਰਮਲ ਪਲਾਂਟ ਤੋਂ 147 ਲੱਖ ਯੂਨਿਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ